ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਹਾਂ ਪੰਜਾਬ 'ਚ। ਮੈਂ ਫੋਰਨ ਤੋਂ ਆਈ ਹਾਂ, ਸਾਡੇ ਮੈਰਿਜ ਨੂੰ 8 ਸਾਲ ਹੋ ਗਏ, ਸਾਨੂੰ ਪ੍ਰੈਗਨੈਂਸੀ ਕੰਸੀਵ ਨਹੀਂ ਹੁੰਦੀ ਸੀ। ਅਤੇ ਮੈਂ ਬਾਹਰ ਵੀ ਬਹੁਤ ਇਲਾਜ ਕਰਵਾਇਆ ਇਹਦੇ ਬਾਰੇ, 3 ਵਾਰ ਮੈਂ IVF ਵੀ ਕਰਵਾ ਚੁੱਕੀ ਹਾਂ, ਪਰ ਕੋਈ ਸਾਡਾ ਰਿਜ਼ਲਟ ਨਹੀਂ ਆਉਂਦਾ ਸੀ। ਫਿਰ ਸਾਨੂੰ ਕਿਸੇ ਨੇ ਇੱਥੇ ਜਲੰਧਰ ਡਾਕਟਰ ਮਨਦੀਪ ਕੌਰ ਬਾਰੇ ਦੱਸਿਆ, ਸਟਾਰ ਫਰਟੀਲਿਟੀ ਹੋਸਪਿਟਲ ਬਾਰੇ। ਫਿਰ ਅਸੀਂ ਇੱਥੇ ਆਏ, ਇਹਨਾਂ ਨੇ ਸਾਡਾ ਟ੍ਰੀਟਮੈਂਟ ਸ਼ੁਰੂ ਕੀਤਾ ਅਤੇ 1 ਮਹੀਨੇ ਦੇ ਵਿੱਚ ਸਾਡੀ ਪ੍ਰੈਗਨੈਂਸੀ ਕੰਸੀਵ ਹੋ ਗਈ। ਡਾਕਟਰ ਬਹੁਤ ਵਧੀਆ ਇੱਥੇ, ਉਹਨਾਂ ਦੀ ਨੇਚਰ ਬਹੁਤ ਅੱਛੀ ਆ, ਸਟਾਫ ਬਹੁਤ ਅੱਛਾ ਆ। ਅਤੇ ਮੈਂ ਕਾਫੀ ਥੈਂਕਫੁਲ ਹਾਂ ਇਹਨਾਂ ਸਾਰਿਆਂ ਦੀ ਕਿ ਇਹਨਾਂ ਸਾਰਿਆਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਅਤੇ ਇਸ ਟਾਈਮ ਮੇਰੀ ਪ੍ਰੈਗਨੈਂਸੀ ਵੀ ਕੰਸੀਵ ਹੋ ਚੁੱਕੀ ਹੈ। ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਇੱਦਾਂ ਦੀ ਕਿ ਪ੍ਰੈਗਨੈਂਸੀ ਕੰਸੀਵ ਨਹੀਂ ਹੋ ਰਹੀ ਜਾਂ ਤਾਂ ਕੋਈ ਪ੍ਰੋਬਲਮ ਆ ਰਹੀ ਆ, ਤਾਂ ਮੈਂ ਸਲਾਹ ਦੇਣਾ ਚਾਹੂੰਗੀ ਕਿ ਤੁਸੀਂ ਇੱਕ ਵਾਰ ਡਾਕਟਰ ਮਨਦੀਪ ਕੌਰ ਨੂੰ ਆ ਕੇ ਜ਼ਰੂਰ ਮਿਲੋ। ਮੈਨੂੰ ਪੂਰੀ ਉਮੀਦ ਆ ਕਿ ਉਹ ਤੁਹਾਡੀ ਹੈਲਪ ਜ਼ਰੂਰ ਕਰਨਗੇ। ਸੋ ਥੈਂਕ ਯੂ ਵੈਰੀ ਮੱਚ।